जिला मोगा के गांव मिनिया के एक किसान से उसकी आंखों में मिर्ची डालकर 8.5 लाख रुपए लूटने का मामला सामने आया है। किसान ये राशि गांव डाला के बैंक में अपना कर्ज चुकाने के लिए मोटरसाइकिल पर आ रहा था। रास्ते में मोटरसाइकिल पर सवार दो लड़कों ने उसे रोककर उसके 8.5 लाख लूट लिए। वही मौके पर पहुंची पुलिस ने पहुंचकर कार्रवाई शुरू कर दी। रोक लिया तो पुछन लग गए भी सानू दारू सप्पा का किहड़ा तो दारू दिता इलाज कराने सप्पा का इन्हे रोक लिया जो रोक के दसन लगा भी इतने गाह डाले जाने मिर्चा मूह मारियां मारिया मिर्चा ਰੋਕ ਕੇ 8.5 ਵਜੇ ਝੋਲਾ ਫੜ ਕੇ ਫਰਾਰ ਹੋ ਗਏ ਜੀ। ਏਰੀਆ ਨੇ ਪਤਾ ਲੱਗਿਆ ਕਿੱਧਰੋਂ ਆਇਆ ਇੱਧਰੋਂ ਆਇਆ ਜਾ ਕੇ ਕਿੰਨੇ ਜਾਣੇ ਇਹਨੇ ਦੱਸੇ? ਦੋ ਜਾਣੇ ਮੁੱਠਾਂ ਦੇ। ਪੈਸੇ ਕਿੰਨੇ ਸੀਗੇ? 8.5 ਲੱਖ ਰੁਪਏ। ਅੱਛਾ ਕਾਹਦੇ ਸੀਗੇ ਜੀ? ਕਾਹਦੇ ਨੋਟ ਸੀਗਾ ਜੀ? ਰਸਤੇ ਮੈਨੂੰ ਬੰਦਿਆਂ ਨੇ ਮੂਹਰੇ ਦੋ ਜਾਣਿਆਂ ਨੇ ਆ ਕੇ ਰੋਕਿਆ। ਮੈਨੂੰ ਆ ਕੇ ਕਹਿੰਦੇ ਵੀ ਇੱਥੇ ਸੱਪ ਦਾ ਥੌਲਾ ਕੌਣ ਪਾਉਂਦਾ? ਮੈਂ ਕਿਹਾ ਮੈਨੂੰ ਤਾਂ ਪਤਾ ਨੀ। ਉਹਨਾਂ ਨੇ ਮਿਰਚਾਂ ਦੀ ਮੁੱਠੀ ਮਾਰੀ ਮੇਰੀਆਂ ਅੱਖਾਂ ਦੇ ਵਿੱਚ ਤੇ ਝੋਲਾ ਪੈਸਾ ਨਾਲ ਖਿੱਚ ਕੇ ਤੇ ਭੱਜ ਗਏ। ਉਹ ਕਿੰਨੇ ਜਾਣੇ ਸੀਗੇ? ਉਹ ਦੋ ਜਾਣੇ ਸੀ ਜੀ। ਤੁਰ ਕਿੰਨੇ ਪੈਸੇ ਸੀਗੇ ਤੁਹਾਡੇ? 8.5 ਲੱਖ ਰੁਪਇਆ ਜੀ। ਅੱਛਾ, ਕਿੱਥੋਂ ਕਿੱਧਰ ਲਈ ਆ ਰਹੇ ਸੀਗੇ ਤੁਸੀਂ? ਡਾਲੇ ਬੈਂਕ ਆਫ ਇੰਡੀਆ ਚ ਲੈਂਟ ਮੋੜ ਜਾਂਦਾ ਸੀ। ਅੱਛਾ, ਕਿਹੜੇ ਕਿਹੜੇ ਨੋਟ ਸੀ ਤੁਹਾਡੇ ਕੋਲ? ਹੈ ਜੀ, 500 ਦੇ ਨੋਟ ਸੀ। ਅੱਛਾ, ਤੇ ਖੋ ਕੇ ਲੈ ਗਏ ਜੀ? ਹਾਂਜੀ। ਤੇ ਪੁਲਿਸ ਨੂੰ ਸੂਚਿਤ ਕਰਤਾ ਤੁਸੀਂ? ਪੁਲਿਸ ਨੂੰ? ਹਾਂਜੀ। ਤੇ ਕਿਹੜੀ ਜਗ੍ਹਾ ਤੇ ਤੁਸੀਂ ਮੋੜਨ ਜਾ ਰਹੇ ਸੀਗੇ? ਡਾਲੇ ਜੀ, ਬੈਂਕ ਆਫ ਇੰਡੀਆ। ਪੈਸੇ ਕਾਹਦੇ ਸੀ ਤੁਹਾਡੇ ਕੋਲ ਜਿਹੜੇ ਤੁਸੀਂ? ਲੈਂਟ ਦੇ ਜੀ, ਲੈਂਟ ਮੋੜ ਜਾਂਦਾ ਜੀ ਮੈਂ। ਅੱਛਾ, ਬੈਂਕ ਦੀ ਨੋਟ। ਤੇ ਕਿਹੜੇ ਕਿਹੜੇ ਨੋਟ ਸੀ ਤੁਹਾਡੇ ਕੋਲ? ਕਿੰਨੀਆਂ ਗੁੱਟੀਆਂ ਸੀਗੀਆਂ? 500 ਦੀਆਂ ਸੀ ਗੁੱਟੀਆਂ ਸਾਰੇ ਨੋਟ। 8.5 ਲੱਖ ਰੁਪਏ। ਕੱਲੇ ਸੀ ਜਾਂ ਤੁਹਾਡੇ ਨਾਲ ਸੀ ਕੋਈ? ਕੱਲੇ ਜੀ। ਉਹ ਬੰਦੇ ਦੇ ਮੂੰਹ ਬੰਨੇ ਸੀ ਜਾਂ ਨਹੀਂ? ਮੂੰਹ ਬੰਨੇ ਸੀ। ਕਿੰਨੀ ਉਮਰ ਦੇ ਲੱਗ ਰਹੇ ਤੁਹਾਨੂੰ ਬੰਦੇ? ਉਹ ਉਮਰ ਦੇ ਜੀ ਲਗਭਗ 25 ਸਾਲ ਤੱਕ ਲੱਗਦੇ ਸੀ। ਕੀ ਕਿਹਾ ਤੁਹਾਨੂੰ ਉਹਨਾਂ ਨੇ ਆ ਕੇ? ਮੈਨੂੰ ਆਏ ਕਹਿੰਦੇ ਇੱਥੇ ਸੱਪ ਦੀ ਦਵਾਈ ਕੌਣ ਦਿੰਦਾ? ਮੈਂ ਕਿਹਾ ਮੈਨੂੰ ਤਾਂ ਪਤਾ ਨੀ। ਇਸ ਬਾਰੇ ਪੁਲਿਸ ਨੂੰ ਦੱਸਿਆ ਤੁਸੀਂ ਕੁਛ? ਮੋਟਰਸਾਈਕਲ ਦੇ ਦੋ ਨੌਜਵਾਨ ਸੀਗੇ ਜਿਹੜਾ ਮੇਰਾ ਮੋਟਰਸਾਈਕਲ ਰੋਕਿਆ ਰੋਕ ਕੇ ਮੇਰੇ ਅੱਖਾਂ 'ਚ ਮਿਰਚਾਂ ਪਾ ਕੇ ਤਾਂ ਮੇਰੇ ਥੈਲਾ ਪਾਇਆ ਹੋਇਆ ਸੀਗਾ, 8.5 ਲੱਖ ਰੁਪਏ ਦਾ ਥੈਲਾ ਸੀਗਾ, ਥੈਲਾ ਟੰਗਿਆ ਹੋਇਆ, ਉਹ ਕੇ ਲੈ ਗਿਆ ਜੀ।
ਤਾਂ ਅਸੀਂ ਇਸ ਮੌਕੇ 'ਤੇ ਆ ਗਏ ਪ੍ਰੋਪਰ ਵੈਰੀਫਾਈ ਕਰ ਰਹੇ ਕੀ ਗੱਲਬਾਤ ਹੈਗੀ ਆ ਉਹ ਸਾਨੂੰ ਤਫਤੀਸ਼ ਕਰਕੇ ਫਿਰ ਇੰਨੇ ਪੈਸੇ ਕਿੱਥੇ ਲੈ ਕੇ ਜਾ ਰਹੇ ਪਤਾ ਕੋਈ ਬਾਰੇ ਇਹ ਹੁਣ ਪਤਾ ਕਰਾਂਗੇ ਸਾਰੀ ਗੱਲ ਕਿੱਥੋਂ ਪੈਸੇ ਲੈ ਕੇ ਆ ਜੀ ਕਿੱਥੇ ਡਿੱਗ ਜਾਣੇ ਸੀਗੇ ਉਹ ਸਾਰਾ ਵੈਰੀਫਾਈ 'ਚ ਅਸੀਂ ਕਰ ਲਵਾਂਗੇ ਜੀ ਕੀ ਕਾਰਵਾਈ ਕੀ ਆ ਮੰਗ ਕੇ ਲੈ ਰਹੇ ਫਿਲਹਾਲ ਤਾਂ ਅਸੀਂ ਇਹਦਾ ਬਿਆਨ ਲੈ ਕੇ ਬਠਿੰਡਾ 'ਚ ਕਰਾਂਗੇ ਉਹ ਤੋਂ ਜਿੰਨੀ ਵੀ ਜੋ ਵੀ ਆ ਵੈਰੀਫਾਈ ਬਾਅਦ 'ਚ ਕਰਾਂਗੇ ਕੀ ਗੱਲਬਾਤ ਕਿੱਥੋਂ ਲੈ ਕੇ ਆਏ ਸੀ ਕੀ ਕਰਨਾ ਸੀ ਕਿੱਥੋਂ ਲੈ ਕੇ ਆਏ ਕਿਹੜੇ ਨੋਟ ਸੀਗੇ ਸਾਰਾ ਪ੍ਰੋਪਰ ਵੈਰੀਫਾਈ ਕਰ ਲਵਾਂਗੇ।